ਦੇ ਵਡਿਆਈ ਕਰੇ ਸੋ ਹੈ ਹਜੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਚ ਕਰਦੇ ਪ੍ਰਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪੈ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਾਵਾਸ ਸਭ ਤੇਰਾ ਜੋਜ ਵਰਤਦਾ ਦੁੱਖ ਸੁੱਖ ਤੁਧ ਪਾਸ ਦੁੱਖ ਸੁੱਖ ਤੁਧ ਪਾਸ ਗੁਰਦਾਤਾ ਦਾ ਤਾਰ ਹੈ ਹੋ ਮੰਗੋ ਦਾਨ ਗੁਰਪਾਸ ਚਿਰੀ ਵਿਛੁੰਨਾ ਮੇਲ ਪ੍ਰਭ ਮੈਂ ਮਨ ਤਨ ਵੱਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਜਨ ਨਾਨਕ ਕੀ ਅਰਦਾਸ ਸੰਤ ਸਭਾ ਕੋ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਣ ਆਧਾਰ ਕਹੋ ਨਾਨਕ ਮੇਰੀ ਸੋਹਣੀ ਅਰਦਾਸ ਸੰਤ ਪ੍ਰਸਾਦ ਮੁਕੋ ਨਾਮ ਨਿਵਾਸ ਨਦਰ ਤੁਧ ਅਰਦਾਸ ਮੇਰੀ ਨਦਰ ਤੁਧ ਅਰਦਾਸ ਮੇਰੀ ਜਿਹਨੇ ਆਪੇ ਉਪਾਇਆ ਤਾਂ ਮੈਂ ਕਹਿਆ ਕਾਹਣ ਜਾਂ ਤੁਝੇ ਕਹਾਇਆ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤ ਦੀ ਸਮਰ ਕਹਿ ਗੁਰੂ ਨਾਨਕ ਲਈ ਤਿਹਾਈ ਰੰਗਤ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਹਰ ਰਾਏ ਸ਼੍ਰੀ ਹਰਿਕ੍ਰਿਸ਼ਨ ਤਿਹਾਈਐ ਜਿਸ ਡਿੱਠੇ ਸਭ ਦੁੱਖ ਜਾਣੇ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਤਾਹੇ ਸਭ ਥਾਈ ਹੋਏ ਸਾਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਜੀਓ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਚੋ ਜੀ ਪ੍ਰੀਤਮ ਦਸਵੇਂ ਪਿਤਾ ਸਰਬੰਸ ਦਾਨੀ ਜੀਓ ਸਭ ਥਾਈ ਹੋ ਨਾ ਜੀ ਸਭ ਧੰਨ 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 ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜਾਗਤੀ ਜੋਤ ਸਰਵ ਕਲਾ ਭਰਪੂਰ ਜੁਗੋ ਜੁਗ ਅਟਲ ਕਲ ਯੁਗ ਦੇ ਬੋਹਿਤ ਖੰਡਾਂ ਬ੍ਰਹਮੰਡਾਂ ਵਿੱਚ ਪ੍ਰਕਾਸ਼ਮਾਨ ਪਰੋਪਕਾਰੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਮਹਿਮਾ ਅਗਾਧ ਬੋਧ ਹੈ ਕਥੀ ਨਾ ਜਾਏ ਅਲੱਖ ਹੈ ਲਖੀ ਨਾ ਜਾਏ ਆਪ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਖਾਲਸਾ ਜੀ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਖਾਲਸਾ ਜੀ ਬੋਲੋ ਜੀ ਆਪ ਜੀ ਦੇ ਸਾਂਝੇ ਨਿਵਾਜੇ ਪੰਜ ਪਿਆਰੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਚਾਰ ਸਾਹਿਬਜ਼ਾਦੇ ਬਾਬਾ ਸਾਹਿਬ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਚਾਲੀ ਮੁਕਤੇ ਭਾਈ ਮਹਾਂ ਸਿੰਘ ਜੀ ਮਾਈ ਭਾਗ ਕੌਰ ਜੀ ਹੱਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਸਾਸਗਰਾ ਸਤਿਗੁਰੂ ਆਪ ਜੀ ਦਾ ਪਵਿੱਤਰ ਪਾਵਨ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਪਾਵਨ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ ਪੁਰਾਤਨ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਚਾਰ ਖਰੜੀਆਂ 'ਤੇ ਚੜੇ ਖੋਪਰੀਆਂ ਲੁਹਾਈਆਂ ਤਰਨ ਆਰਿਆਂ ਨਾਲ ਚਿਰਾਏ ਗਏ ਸਿੱਖੀ ਕੇਸਾਂ ਸਵਾਸਾਂ ਸੰਘ ਨਿਭਾਈ ਗੁਰੂ ਧਾਮਾਂ 'ਤੇ ਬਚਾਉਣ ਦੀ ਖਾਤਰ ਬੇਅੰਤ ਸ਼ਹੀਦੀਆਂ ਪਾਈਆਂ ਧਰਮ ਨਹੀਂ ਹਾਰਿਆ ਤਿੰਨਾਂ ਸਿੰਘਾਂ ਸਿੰਘਣੀਆਂ ਬਜੰਗੀਆਂ ਦੀ ਆਤ ਕਰੜੀ ਕਮਾਈ ਦਾ ਧਿਆਨ ਖਾਲਸਾ ਜੀ ਬੋਲੋ ਜੀ ਪੰਜੇ ਪਵਿੱਤਰ ਤਖ਼ਤ ਸਾਹਿਬਾਨ ਸਮੂਹ ਪਾਵਨ ਗੁਰੂ ਧਾਮਾਂ ਦੇ ਦਰਸ਼ਨ ਦੇ ਦਰ ਦਾ ਧਿਆਨ ਖਾਲਸਾ ਜੀ ਬੋਲੋ ਜੀ ਫਿਰ ਤਵੇਂ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਦੇਖ ਦੇਖ ਫਤਿਹ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਦਤਾਰ ਜੀਓ
ਸਿੱਖਾਂ ਨੂੰ ਸਿੱਖੀ ਦਾ ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਗੁਰੂ ਖਾਲਸੇ ਜੀ ਕੀ ਬੋਲ ਬਾਲੇ ਬੋਲੋ ਜੀ। ਸਤਿਗੁਰੂ ਜੀ, ਸਿੱਖਾਂ ਦਾ ਮਨ ਨੀਵਾਂ ਰੱਖੋ, ਮਤ ਉੱਚੀ ਬਖਸ਼ੋ, ਮਤ ਪੱਧੇ ਰੱਖਿਆ ਅਕਾਲ ਪੁਰਖ ਪੰਥ ਦੇ ਸਦਾ ਸਹਾਈ ਦਾ ਧਾਰ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਪਾਵਨ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ। ਹੇ ਨਿਮਾਣਿਓ ਕੇ ਮਾਨ ਸਤਿਗੁਰੂ, ਨਿਤਾਣਿਓ ਕੇ ਤਾਨਿਓ ਟਿਓ ਕੀਓ ਨਿਆਸਰਿਓ ਕਾ ਆਸਰਾ। ਗੁਰੂ ਗਰੀਬ ਨਿਵਾਜ ਹਾਜ਼ਰ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ, ਆਪ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿਖੇ ਦੋਏ ਕਰ ਜੋੜ ਬੇਨਤੀ, ਜੋਦੜੀ ਅਰਜੋਈ ਸੱਚੇ ਪਾਤਸ਼ਾਹ, ਆਪ ਜੀ ਦੀ ਪਿਆਰੀ ਪਿਆਰੀ ਸੰਗਤ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਮਿਹਰ ਹੋਈ ਦਾਤਾਰ ਪਿਤਾ ਜੀਓ, ਸਾਡੇ ਕਲਯੁਗੀ ਜੀਵਾਂ 'ਤੇ ਤਰਸ ਖਾ ਕੇ ਦਾਤਾਰ ਪਿਤਾ ਜੀਓ, ਆਪ ਜੀ ਨੇ ਮਹਾਨ ਸਮਾਗਮ ਬਖਸ਼ਿਸ਼ ਕੀਤੇ ਦਾਤਾਰ ਜੀਓ, ਆਪ ਜੀ ਦੀ ਓਟ ਆਸਰਾ ਲੈ ਕੇ ਬਠਿੰਡਾ ਸ਼ਹਿਰ ਵਿਖੇ ਸੱਚੇ ਪਾਤਸ਼ਾਹ ਸਾਲਾਨਾ ਅਖੰਡ ਕੀਰਤਨ ਸਮਾਗਮ ਆਰੰਭ ਹੋਏ ਹਨ। ਸੱਚੇ ਪਾਤਸ਼ਾਹ ਤਿਨ੍ਹਾਂ ਦੀ ਲੜੀ ਵਿੱਚ ਇਸ ਵੇਲੇ ਸੋਧਰ ਸੰਧਿਆ ਦੇ ਦੀਵਾਨ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਸਜੇ, ਆਪ ਜੀ ਦੀ ਬਖਸ਼ਿਸ਼ ਹੋਈ ਮਿਹਰ ਹੋਈ ਆਪਣੀ ਪਾਵਨ ਗੋਦ ਵਿੱਚ ਬਿਠਾ ਕੇ ਦਾਤਾ ਜੀਓ, ਅੰਮ੍ਰਿਤਮਈ ਬਾਣੀ ਹਰ ਰਸ ਕੀਰਤਨ ਦੀ ਸੇਵਾ ਆਪਣੇ ਬੱਚਿਆਂ ਕੋਲੋਂ ਆਪ ਜੀ ਨੇ ਲਈ। ਦਾਤਾਰ ਪਿਤਾ ਜੀ ਅੰਮ੍ਰਿਤਮਈ ਬਾਣੀ ਆਪ ਜੀ ਦੀ ਅਸੀਂ ਅਲਪੱਗ ਜੀਵ ਖਿੰਨ ਖਿੰਨ ਬੁਲਣਹਾਰ, ਆਪ ਬਖਸ਼ਣਦਾਰ ਦੇ ਆਲੂ ਹੋ ਸੱਚੇ ਪਾਤਸ਼ਾਹ, ਬਖਸ਼ ਲਓ ਬਖਸ਼ ਲਓ, ਅੱਗੋਂ ਤੋਂ ਬਾਣੀ ਸ਼ੁੱਧ ਅਤੇ ਸਪਸ਼ਟਪਨ ਦੀ ਬੁੱਧੀ ਬਖਸ਼ਿਸ਼ ਕਰੋ, ਬਾਣੀ ਨਾਲ ਪਿਆਰ ਬਖਸ਼ੋ, ਬਾਣੀ ਦੇ ਅੰਮ੍ਰਿਤਮਈ ਭਾਵ ਸਮੂਹ ਆਈਆਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣ ਦੀ ਕਿਰਪਾਲਤਾ ਕਰਨੀ, ਬਖਸ਼ਿਸ਼ ਕਰਨੀ, ਮਿਹਰ ਕਰਨੀ ਸੱਚੇ ਪਾਤਸ਼ਾਹ। ਰਹਿੰਦੇ ਜੋ ਸਮਾਗਮ ਹਨ ਕਿਰਪਾ ਕਰਨੀ, ਅੰਮ੍ਰਿਤ ਵੇਲੇ ਦੇ ਸਮਾਗਮ, ਸਵੇਰੇ ਪਾਵਨ ਦਮਦਮਾ ਸਾਹਿਬ ਤਖ਼ਤ ਸਾਹਿਬ ਦੇ ਸਮਾਗਮ ਦਿਵਸ ਸਵੇਲੇ ਦੇ, ਅਤੇ ਰਹਿਣ ਸਭਾਈ ਕੀਰਤਨ ਅਤੇ ਸਤਿਗੁਰ ਸੱਚੇ ਪਾਤਸ਼ਾਹ ਅੰਮ੍ਰਿਤ ਸੰਚਾਰ ਸਮਾਗਮ ਵੀ ਸੱਚੇ ਪਾਤਸ਼ਾਹ ਆਪ ਹੀ ਆਪਣੀ ਕਲਾ ਵਰਤਾਏ ਕੇ ਬਖਸ਼ਿਸ਼ ਕਰਕੇ ਚੜ੍ਹਦੀ ਕਲਾ ਵਿੱਚ ਇਹ ਸਮਾਗਮ ਬਖਸ਼ਣੇ, ਆਪਣੇ ਅਖੁੱਟ ਅੰਮ੍ਰਿਤ ਭਰੇ ਭੰਡਾਰ ਤੋਂ ਅੰਮ੍ਰਿਤ ਰਸ ਦੇ ਭੋਜਨ ਛਾਂਦੇ ਸਮੂਹ ਗੁਰਸਿੱਖ ਪਿਆਰਿਆਂ ਦੀ ਰਸਨਾ 'ਤੇ ਆਪ ਬੈਠ ਕੇ ਮਨ ਨੀਵਾਂ ਮਹੱਤ ਉੱਚੀ ਬਖਸ਼ਦਿਆਂ ਹੋਇਆਂ ਹਿਰਦੇ ਵਿੱਚ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਸੱਚੇ ਪਾਤਸ਼ਾਹ। ਇਸ ਪਾਵਨ ਯੱਗ ਵਿੱਚ ਨਾਨਾ ਪ੍ਰਕਾਰ ਦੀਆਂ ਸੇਵਾ ਨਿਭਾਉਣ ਵਾਲੇ ਗੁਰਸਿੱਖ ਮਾਈ ਭਾਈ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਪ੍ਰੇਮਾ ਭਗਤੀ ਹਿਰਦੇ ਵਿੱਚ ਵਸਾਏ ਕੇ ਚਾਓ ਮਾਓ ਵਿੱਚ ਸਮੂਹ ਸੇਵਾਵਾਂ ਆਪ ਲਓ ਸੱਚੇ ਪਾਤਸ਼ਾਹ ਆਪ ਜੀ ਦੇ ਚਰਨ ਕਮਲਾਂ ਵਿਖੇ ਦੋਏ ਕਰ ਜੋੜ ਬੇਨਤੀ, ਜੋਦੜੀ ਸੰਗਤ ਵੱਲੋਂ ਸੱਚੇ ਪਾਤਸ਼ਾਹ ਸਾਡੇ ਪਿਆਰੇ ਵੀਰ ਭਾਈ ਪਰਮਜੀਤ ਸਿੰਘ ਸੱਚੇ ਪਾਤਸ਼ਾਹ, ਤਿਨ੍ਹਾਂ ਦੇ ਨਾਨੀ ਜੀ ਮਾਤਾ ਨਰਿੰਦਰ ਕੌਰ ਦਿੱਲੀ ਵਿਖੇ ਸੱਚੇ ਪਾਤਸ਼ਾਹ ਆਖਰੀ ਪੜਾਓ ਦੇ ਉੱਤੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰੋ, ਜਿਤਨੇ ਸਵਾਸਾਂ ਦੀ ਪੂੰਜੀ ਆਪ ਜੀ ਨੇ ਬਖਸ਼ੀ ਹੋਈ ਹੈ, ਕਿਰਪਾ ਕਰਕੇ ਸੱਚੇ ਪਾਤਸ਼ਾਹ ਸੁਖਾਲੀ ਸਵਾਸੀ ਨਾਮ ਦੀ ਰੰਗਣ ਵਿੱਚ ਸੱਚੇ ਪਾਤਸ਼ਾਹ ਇਹ ਜੀਵਨ ਯਾਤਰਾ ਸਫਲ ਕਰ ਦਿਓ। ਬਖਸ਼ਿਸ਼ ਕਰਨੀ, ਮਿਹਰ ਕਰਨੀ ਦਾਤਾਰ ਜੀ ਮਾਤਾ ਜੀ ਨੇ ਗੁਰਮੁਖ ਪਿਆਰਿਆਂ ਦੀ ਸੰਗਤ ਕੀਤੀ ਹੋਈ, ਸੱਚੇ ਪਾਤਸ਼ਾਹ ਬਖਸ਼ ਲੈਣਾ। ਮਿਹਰ ਕਰਨੀ ਸੱਚੇ ਪਾਤਸ਼ਾਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਜੋਦੜੀ ਹੈ ਸੱਚੇ ਪਾਤਸ਼ਾਹ ਭੈਣ ਜੀ ਸੁਰਿੰਦਰ ਕੌਰ, ਸਰੀਰ ਖੇਦ ਵਿੱਚ ਹੈ, ਕਿਰਪਾ ਕਰੋ ਸੱਚੇ ਪਾਤਸ਼ਾਹ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਓ ਪ੍ਰਭ ਸੋਗ, ਨਿਥਾਵੇਂ ਕੋ ਤੁਮ ਥਾਨ ਬੈਠਾਵੋ, ਦਾਸ ਆਪਣੇ ਕੋ ਭਗਤੀ ਲਾਓ। ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਸਾਰੇ ਸੰਸਾਰ ਵਿੱਚ ਵਿਚਰ ਰਹੇ ਸੱਚੇ ਪਾਤਸ਼ਾਹ ਆਪਣੇ ਆਖਰੀ ਪੜਾਓ ਦੇ ਵਿੱਚ ਗੁਰਮੁਖ ਪਿਆਰੀਆਂ ਰੂਹਾਂ ਨਾਓ ਆਪ ਜਾਣੀ ਜਾਣੋ ਸੱਚੇ ਪਾਤਸ਼ਾਹ। ਮਿਹਰ ਕਰਕੇ ਸੁਖਾਲੀ ਸਵਾਸੀ ਨਾਮ ਦੀ ਰੰਗਣ ਵਿੱਚ ਜੀਵਨ ਯਾਤਰਾ ਸਫਲ ਕਰ ਦਿਓ ਸੱਚੇ ਪਾਤਸ਼ਾਹ। ਜਿਤਨੇ ਸੰਗਤਾਂ ਸੱਚੇ ਪਾਤਸ਼ਾਹ ਇਸ ਵੇਲੇ ਦੀਵਾਨ ਦੀ ਹਾਜ਼ਰੀ ਭਰ ਕੇ ਜਾ ਚੁੱਕੇ ਹਨ, ਜੋ ਆਪ ਜੀ ਦੇ ਦਰ 'ਤੇ ਠਾਡੇ ਹਨ, ਸਾਰਿਆਂ ਦੀਆਂ ਵੇਦਨਾ ਆਪ ਜਾਣੀ ਜਾਣੋ।
ਸਾਰਿਆਂ ਪਰਿਵਾਰਾਂ ਵਿੱਚ ਗੁਰਮਤਿ ਅਨੁਸਾਰ ਠੰਡਾਂ ਵਰਤਾਓ, ਝੋਲੀਆਂ ਨਾਮ ਦੀ ਰੰਗਣ ਨਾਲ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਸੱਚੇ ਪਾਤਸ਼ਾਹ, ਬਖਸ਼ਿਆਂ ਹੋਏ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਆਪ ਜੀ ਬਹੁ ਲਗਾਓ ਸੀ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ, ਆਗਿਆ ਬਖਸ਼ਿਸ਼ ਕਰੋ, ਪਵਿੱਤਰ ਪਾਵਨ ਹੁਕਮ ਬਖਸ਼ ਕੇ ਅਸੀਸਾਂ ਬਖਸ਼ਿਸ਼ ਕਰੋ, ਸਹੀ ਸੱਜਣ ਮਿੱਤਰ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਸਾਸ ਗਿਰਾ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੀ ਤਵੇ, ਸਭ ਸੇਖਣ ਕੋ ਹੁਕਮ ਹੈ, ਗੁਰੂ ਮਾਣਿਓ ਗ੍ਰੰਥ ਮਾਣਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਪਹੁੰਚ ਹੈ, ਹੋ ਸ਼ਬਦ ਮੈਂ ਲੇ ਰਾਜ ਕਰੇਗਾ। ਬੋਲੇ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ, ਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਹੀ, ਮਾਇਆ ਮੋਹ ਪਰਮ ਪਪੁਲੇ, ਸੁਤ ਦਾ ਰਸ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖਾ ਸ਼ਰਣਾ, ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖਾ ਸ਼ਰਣਾ, ਟਲ ਗੁਰ ਸੇਵੀਆ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁਖ ਜਾਏ, ਹੋ ਬੈ ਸਿਵਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟਿਆ, ਦੁੱਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਆ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਆ, ਸਭਨਾਂ ਦਾ ਵਿਸਾਹ, ਵਾਹਿਗੁਰੂ ਸਾਹਿਬ ਜੀ। ਸੁਰਠ ਮਹੱਲਾ ਪੰਜਵਾਂ, ਘਰ ਦੂਜਾ ਮਾਤ ਗਰਭ ਮੈਂ ਆਪਣ ਸਿਮਰਨ ਦੇ, ਤੈ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ, ਤਾਰਹਾ ਤਾਰਨ ਹਾਰੇ, ਮਾਤ
नाद गर्भ में अपन सिमरन दे तै तुम रखन हारे पावक सागर अथाह लहर में तारहा तारन हारे माधा तू ठाकुर सिर मोरा इहा उहा तुहार तोरा किते कौ मेरा समान करन हार तिन जाने ता मांगन का सगली दान दे प्रभ पान खिल मैं अब रखन मैं अब अचर्ज चलत तुम्हारे रूड़ो गुड़ो गहर गंभीर उच्चा अग्मी अपारे साध संग जात में मिलाया तो सुनी तुम्हारी बाणी आनंद पया पेखत ही नानक प्रताप पुरख निर्वाणी साध संग जात में मिलाया तो सुनी तुम्हारी बाणी आनंद पया पेखत ही नानक प्रताप पुरख निर्वाणी वाहिगुरु जी का खालसा वाहिगुरु।